ਰਵਨੀਤ ਸਿੰਘ ਬਿੱਟੂ ਵੱਲੋਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਉਤਸ਼ਾਹਿਤ ਕਾਂਗਰਸੀਆਂ ਵੱਲੋਂ ਚੌੜਾ ਬਾਜ਼ਾਰ ਸਥਿਤ ਗੁੜ ਮੰਡੀ ਵਿਖੇ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਜਸ਼ਨ ਮਨਾਇਆ ਗਿਆ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਬਿੱਟੂ ਦੀ ਜਿੱਤ ਸਾਰਿਆਂ ਦੀ ਜਿੱਤ ਹੈ, ਇਸ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਵਾਸੀਆਂ ਦਾ, ਮਹਾਂਨਗਰ ਦੇ ਸਾਰੇ ਇਕੱਲੇ ਇਕੱਲੇ ਬੰਦੇ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਇੱਕ ਇੱਕ ਇਕੱਲੀ ਵੋਟ ਦੇ ਕੇ ਸਾਡੇ ਸਰਦਾਰ ਐਮ ਪੀ ਰਵਨੀਤ ਸਿੰਘ ਬਿੱਟੂ ਜੀ ਨੂੰ ਵਿਜੇ ਬਣਾਇਆ। ਦੂਜਾ ਧੰਨਵਾਦ ਮੈਂ ਸਾਡੇ ਹਲਕਾ ਨੌਰਥ ਦੇ MLA ਵਿਧਾਇਕ ਸਾਡੇ ਰਕੇਸ਼ ਪਾਂਡੇ ਜੀ ਵੱਲੋਂ, ਸਾਡੀ ਟੀਮ ਹਲਕਾ ਨੌਰਥ ਵੱਲੋਂ, ਸਾਰੇ ਲੁਧਿਆਣਾ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਇੱਕ ਇੱਕ ਕੀਮਤੀ ਵੋਟ ਦਿੱਤਾ ਸਾਨੂੰ ਅਤੇ ਲੋਕ ਸਭਾ ਦੇ ਵਿੱਚ ਸਰਦਾਰ ਰਵਨੀਤ ਸਿੰਘ ਨੂੰ ਭੇਜਿਆ। ਜੈ ਹਿੰਦ, ਜੈ ਭਾਰਤ। ਬਿਊਰੋ ਰਿਪੋਰਟ, ਲੁਧਿਆਣਾ ਵਿਊ।